ਸਤਿ ਸ੍ਰੀ ਅਕਾਲ ਜੀ ਮੈਂ ਕਿਰਪਾਲ ਸਿੰਘ ਜੰਮੂ ਰਜੌਰੀ ਦਾ ਰਹਿਣ ਵਾਲਾ ਮੇਰੀ ਉਮਰ 64 ਸਾਲ ਹੈ ਅਤੇ ਮੇਰਾ 25 ਦਸੰਬਰ ਨੂੰ ਅਚਾਨਕ ਕਾਰ ਵਾਲਾ ਹਿੱਟ ਕਰਕੇ ਐਕਸੀਡੈਂਟ ਕਰ ਗਿਆ ਮੇਰੀ ਲੱਤ ਦੀ ਚੂੰਗਾ ਅਤੇ ਗੋਡਾ ਜਿਹੜਾ ਇਹ ਟੁੱਟ ਗਈ ਸੀ ਅਤੇ ਫਿਰ ਮੈਨੂੰ ਅਮਨਦੀਪ ਹੋਸਪਿਟਲ ਲੈ ਕੇ ਇੱਥੇ ਆ ਗਏ ਇਹਨਾਂ ਨੇ ਆਪਣੇ ਐਕਸਰੇ ਵਗੈਰਾ ਕਰਕੇ ਅਤੇ ਮੇਰੇ ਚੈੱਕ ਕਰਕੇ ਇਹਨਾਂ ਨੇ ਆਪਰੇਸ਼ਨ ਕਰ ਦਿੱਤਾ ਜੋ ਕਿ ਡਾਕਟਰ ਅਵਤਾਰ ਸਿੰਘ ਅਤੇ ਡਾਕਟਰ ਕੇ ਕੇ ਸਿੰਘ ਅਤੇ ਇਹਨਾਂ ਨੇ ਨੱਟ ਬੁਲਟ ਪਾ ਕੇ ਦੁਬਾਰਾ ਹੱਡੀਆਂ ਨੂੰ ਜੋੜਿਆ ਸੀ ਕੁਛ ਸਮੇਂ ਲੰਘ ਗਿਆ ਮੈਂ ਦੁਬਾਰਾ ਚੈੱਕ ਕਰਾਂ ਇਹਨਾਂ ਨੇ ਜੰਮੂ ਡਾਕਟਰ ਸਾਹਿਬ ਨੂੰ ਆਉਂਦਾ ਆ ਲਾਸਟ ਡਾਕਟਰ ਅਵਤਾਰ ਸਿੰਘ ਗਏ ਉਹਨਾਂ ਨੇ ਚੈੱਕ ਕੀਤਾ ਕਿ ਮੈਨੂੰ ਠੀਕ ਫੀਲ ਨਹੀਂ ਸੀ ਹੋ ਰਿਹਾ ਤੁਰਿਆ ਨਹੀਂ ਸੀ ਜਾ ਰਿਹਾ ਅਤੇ ਡਾਕਟਰ ਸਾਹਿਬ ਨੇ ਕਿਹਾ ਤੁਸੀਂ ਦੁਬਾਰਾ ਅੰਮ੍ਰਿਤਸਰ ਆਓ ਤੁਹਾਡਾ ਓਪਰੇਟ ਦੁਬਾਰਾ ਕੀਤਾ ਜਾਏਗਾ ਮੈਂ ਹੁਣ ਦੁਬਾਰਾ 25 ਅਗਸਤ ਨੂੰ ਇੱਥੇ ਆਇਆ ਅਤੇ 27 ਨੂੰ ਮੇਰਾ ਓਪਰੇਟ ਕੀਤਾ ਗਿਆ ਜੋ ਕਿ ਮੇਰੇ ਨੱਟ ਬੁਲਟ ਕੱਢ ਦਿੱਤੇ ਆ ਅਤੇ ਹੁਣ ਮੈਨੂੰ ਦੂਜਾ ਓਪਰੇਸ਼ਨ ਕੀਤਾ ਚੁੰਗਲਾ ਪਾਇਆ ਹੈ ਅਤੇ ਹੁਣ ਮੈਂ ਅੱਗੇ ਕੋਈ ਠੀਕ ਫੀਲ ਕਰ ਰਿਹਾ ਇੱਥੇ ਦਾ ਡਾਕਟਰ ਸਾਹਿਬ ਬਹੁਤ ਹੀ ਅੱਛੀ ਓਪਰੇਟ ਕਰਦੇ ਹਨ ਬਾਕੀ ਇੱਥੇ ਦਾ ਸਟਾਫ ਬਹੁਤ ਅੱਛਾ ਹੈ ਅੱਛੇ ਮਿਲ ਜੁਲ ਕੇ ਰਹਿੰਦੇ ਆ ਪੇਸ਼ੈਂਟ ਦੀ ਅੱਛੀ ਦੇਖ ਰੇਖ ਕਰਦੇ ਆ ਅਤੇ ਮੈਨੂੰ ਤਾਂ ਇਹੀ ਲੱਗਾ ਕਿ ਇਸ ਤੋਂ ਬੈਸਟ ਹੋਸਪਿਟਲ ਕੋਈ ਨਹੀਂ ਹੋ ਸਕਦਾ ਅਤੇ ਮੇਰੀ ਤਾਂ ਡਾਕਟਰ ਅਵਤਾਰ ਸਿੰਘ ਨੇ ਓਪਰੇਸ਼ਨ ਕਰਕੇ ਮੇਰੀ ਜ਼ਿੰਦਗੀ ਹੀ ਬਦਲੀ ਕਰਤੀ ਹੈ ਕਿ ਹੁਣ ਮੈਂ ਬਹੁਤ ਦੁਬਾਰਾ ਜਿਹੜਾ ਓਪਰੇਸ਼ਨ ਹੋਇਆ ਇਹਦੇ ਵਿੱਚ ਮੈਂ ਬਹੁਤ ਅੱਛਾ ਫੀਲ ਕਰ ਰਿਹਾ ਜੋ ਪਹਿਲਾਂ ਮੇਰੇ ਤੋਂ ਬਿਲਕੁਲ ਹੀ ਹਰਕਤ ਨਹੀਂ ਸੀ ਹੁੰਦੀ ਲੱਤ ਤੋਂ ਮੈਂ ਇਹ ਵੀ ਆਸ ਕਰਦਾ ਡਾਕਟਰ ਸਾਹਿਬ ਇੱਥੇ ਅੱਗੇ ਵੀ ਪੇਸ਼ੈਂਟ ਦਾ ਦੇਖ ਰੇਖ ਇਸ ਤਰ੍ਹਾਂ ਹੀ ਕਰਦੇ ਰਹਿਣਗੇ ਇੱਥੇ ਦਾ ਸਟਾਫ ਬਹੁਤ ਅੱਛਾ ਹੈ ਜੋ ਪਹਿਲਾਂ ਹੀ ਪਤਾ ਕਹਿ ਚੁੱਕਿਆ ਅਤੇ ਹੋਰ ਸਾਫ਼ ਸਫਾਈ ਖਾਣ ਪੀਣ ਹਰ ਚੀਜ਼ ਦਾ ਮਤਲਬ ਉੱਚਾ ਦਰਜਾ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਹੈ ਕੋਈ ਕਿਸੇ ਚੀਜ਼ ਦੀ ਸ਼ਿਕਾਇਤ ਕਰਨ ਦੀ ਜ਼ਰੂਰਤ ਨਹੀਂ ਹੈ ਇੱਥੇ ਦਿਨ 'ਚ ਦੋ ਤਿੰਨ ਦਫ਼ਾ ਬੰਦੇ ਕੰਪਲੇਂਟ ਲਿਖਣ ਵਾਸਤੇ ਆਉਂਦੇ ਹਨ ਕਿ ਅਗਰ ਕੋਈ ਕੰਪਲੇਂਟ ਹੈ ਤਾਂ ਸਾਨੂੰ ਲਿਖਾਓ ਪਰ ਕੰਪਲੇਂਟ ਆਉਂਦੀ ਕੋਈ ਤਾਂ ਲਿਖਾਈਏ ਕੀ ਕੰਪਲੇਂਟ 'ਚੋਂ ਕੋਈ ਕੰਮ ਛੱਡਦੇ ਨਹੀਂ ਹੈ ਬਿਲਕੁਲ ਅੱਛੀ ਤਰ੍ਹਾਂ ਕੰਮ ਹੋ ਰਿਹਾ ਇੱਥੇ ਇਸ ਕਰਕੇ ਇਹਨਾਂ ਦੀ ਤਰਫ ਕੋਈ ਸਾਨੂੰ ਕੰਪਲੇਂਟ ਦੇਣ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਪੈਂਦੀ ਹੈ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਬਾਕੀ ਮੈਂ ਆਪਣੇ ਸਾਰੇ ਵੀਰਾਂ ਭਰਾਵਾਂ ਨੂੰ ਇਹੀ ਰਿਕੁਐਸਟ ਕਰਦਾ ਕਿ ਕਿਸੇ ਨੂੰ ਕੋਈ ਐਸਾ ਹਾਦਸਾ ਹੋ ਜਾਂਦਾ ਹੈ ਤੁਰੰਤ ਅਮਨਦੀਪ ਹੋਸਪਿਟਲ ਪਹੁੰਚਣ ਦੀ ਕੋਸ਼ਿਸ਼ ਕਰੋ ਤਾਂ ਕਿ ਆਪ ਸੁਰੱਖਿਅਤ ਠੀਕ ਹੋ ਜਾਓ ਇੰਨਾ ਕੋਈ ਵਧੀਆ ਡਾਕਟਰ ਮੇਰੇ ਹਿਸਾਬ ਨਾਲ ਕੋਈ ਨਹੀਂ ਹੈ ਡਾਕਟਰ ਅਵਤਾਰ ਸਿੰਘ ਬਹੁਤ ਅੱਛੇ ਡਾਕਟਰ ਹਨ ਔਰ ਬਹੁਤ ਅੱਛੀ ਤਰ੍ਹਾਂ ਓਪਰੇਟ ਕਰਦੇ ਆ ਅਤੇ ਸਾਰੇ ਦੇਖਣ ਵਾਲੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਇਹੀ ਅਪੀਲ ਹੈ ਕਿ ਤੁਸੀਂ ਕੋਈ ਹਾਦਸਾ ਹੋ ਜਾਂਦਾ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੋ ਜਾਂਦੀ ਤੁਰੰਤ ਅਮਨਦੀਪ ਹੋਸਪਿਟਲ ਪਹੁੰਚ ਕੇ ਆਪਣਾ ਇਲਾਜ ਕਰਾਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ